ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਆਪਣੇ ਪਿਛਲੇ ਵੀਡੀਓ ਦੇ ਅੰਦਰ ਇੱਕ ਐਸੇ ਅੱਖਰ ਦੀ ਵਿਚਾਰ ਕੀਤੀ ਸੀ ਜੋ ਕਿ ਗੁਰਮੁਖੀ ਲਿਪੀ ਦੇ ਕੰਸੋਨੈਂਟ ਐਂਡ ਵੋਵਲ ਦਾ ਪਾਰਟ ਨਹੀਂ ਹੈਗਾ, ਲੇਕਿਨ ਉਹ ਬੜਾ ਇੰਪੋਰਟੈਂਟ ਅੱਖਰ ਹੈਗਾ, ਇਹ ਜਾਣਨਾ ਬੜਾ ਜ਼ਰੂਰੀ ਹੈ। ਅੱਜ ਅਸੀਂ ਵਿਚਾਰ ਕਰਾਂਗੇ ਕਿ ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿਪੀ ਔਰ ਗੁਰਬਾਣੀ ਦੀ ਗੁਰਮੁਖੀ ਲਿਪੀ ਦੇ ਅੰਦਰ ਕੀ ਫਰਕ ਹੈ। ਅਸੀਂ ਦੇਖਦੇ ਹਾਂ ਕਿ ਇਹਨਾਂ ਦੋਨਾਂ ਦੀ ਗੁਰਮੁਖੀ ਲਿਪੀ ਦੇ ਅੰਦਰ ਸਾਨੂੰ ਫਰਕ ਨਜ਼ਰ ਆਉਂਦਾ ਹੈ। ਉਹ ਫਰਕ ਇਸ ਪ੍ਰਕਾਰ ਹੈ। ਨੰਬਰ ਇੱਕ, ਪੰਜਾਬੀ ਭਾਸ਼ਾ ਦੀ ਜੋ ਗੁਰਮੁਖੀ ਲਿਪੀ ਹੈ ਉਸ ਦੇ ਅੰਦਰ ਅਸੀਂ 5 ਐਲਫਾਬੈਟ ਹੋਰ ਜੋੜ ਦਿੱਤੇ ਨੇ ਜੋ ਕਿ ਇਸ ਪ੍ਰਕਾਰ ਹਨ। ਇਹ ਅੱਖਰ ਹੈ ਨੇ ਸ, ਖ, ਗ, ਜ, ਫ। ਇਹਨਾਂ ਅੱਖਰਾਂ ਦੇ ਥੱਲੇ ਅਸੀਂ ਇੱਕ ਬਿੰਦੀ ਲਗਾਈ ਹੈ, ਜਿਸ ਕਰਕੇ ਪੰਜਾਬੀ ਭਾਸ਼ਾ ਦੇ ਗੁਰਮੁਖੀ ਲਿਪੀ ਦੇ ਜੋ ਅੱਖਰ ਨੇ ਉਹ 35 ਦੀ ਜਗ੍ਹਾ 'ਤੇ 40 ਹੋ ਜਾਂਦੇ ਨੇ ਦੇਖਿਆ ਜਾਏ ਤਾਂ। ਜਦਕਿ ਗੁਰਮੁਖੀ ਜਿਹੜੀ ਗੁਰਬਾਣੀ ਦੀ ਜੋ ਗੁਰਮੁਖੀ ਲਿਪੀ ਹੈ ਉਸ ਦੇ ਅੰਦਰ ਇਹ 5 ਸ਼ਬਦ ਜਿਹੜੇ ਨੇ ਜਿਹੜੇ ਐਡ ਕੀਤੇ ਗਏ ਨੇ ਉਹ ਬਿਲਕੁਲ ਵੀ ਨਹੀਂ ਮਿਲਦੇ ਸਾਨੂੰ ਲਿਖੇ ਹੋਏ। ਇਸ ਕਰਕੇ ਉਹ ਬੜਾ ਵੱਡਾ ਇੱਕ ਡਿਫਰੈਂਸ ਸਾਨੂੰ ਨਜ਼ਰ ਆਉਂਦਾ ਹੈ। ਦੂਸਰਾ ਜਿਹੜਾ ਹੈਗਾ ਸਾਨੂੰ ਡਿਫਰੈਂਸ ਇਹ ਨਜ਼ਰ ਆਉਂਦਾ ਹੈ ਕਿ ਜੋ ਗੁਰਬਾਣੀ ਜੋ ਪੰਜਾਬੀ ਭਾਸ਼ਾ ਦੀ ਜੋ ਗੁਰਮੁਖੀ ਲਿਪੀ ਜੋ ਗ੍ਰਾਮਰ ਹੈ ਉਹ ਬੋਲਚਾਲ ਵਾਲੀ ਭਾਸ਼ਾ ਦੇ ਪੈਟਰਨ ਦੇ ਆਧਾਰਿਤ ਹੈ। ਸਾਨੂੰ ਪਤਾ ਹੈ ਕਿ ਬੋਲਚਾਲ ਵਾਲੀ ਭਾਸ਼ਾ ਦੇ ਅੰਦਰ ਸ਼ਬਦ ਦੀ ਵਿਚਾਰ ਜਿਹੜੀ ਹੈ ਉਹ 2 ਟਾਈਪ ਦੇ ਸ਼ਬਦ ਦੀ ਹੁੰਦੀ ਹੈ, ਵਿਚਾਰ ਦੀ ਕੀਤੀ ਜਾਂਦੀ ਹੈ। ਜਾਂ ਤਾਂ ਸ਼ਬਦ ਪੁਲਿੰਗ ਹੁੰਦਾ ਜਾਂ ਇਸਤਰੀਲਿੰਗ ਹੁੰਦਾ ਜਾਂ ਉਹ ਇਕਵਚਨ ਔਰ ਬਹੁਵਚਨ, ਇਹ 2 ਟਾਈਪ ਦੇ ਸ਼ਬਦਾਂ ਦੀ ਹੀ ਵਿਚਾਰ ਹੁੰਦੀ ਹੈ ਬੋਲਚਾਲ ਵਾਲੀ ਭਾਸ਼ਾ ਦੇ ਅੰਦਰ। ਜਦਕਿ ਜੋ ਗੁਰਬਾਣੀ ਦੀ ਗੁਰਮੁਖੀ ਦੀ ਗ੍ਰਾਮਰ ਹੈਗੀ ਉਹ ਸੰਸਕ੍ਰਿਤ ਦੇ ਆਧਾਰ 'ਤੇ ਪੈਟਰਨ ਹੈਗਾ ਉਸਦਾ, ਜਿਸ ਨੂੰ ਅਸੀਂ ਬਿਲਕੁਲ ਨਜ਼ਰ ਅੰਦਾਜ਼ ਕਰ ਦਿੰਦੇ ਹਾਂ ਔਰ ਉਸਦੀ ਵਜ੍ਹਾ ਕਰਕੇ ਸਾਨੂੰ ਸਹੀ ਗੁਰਬਾਣੀ ਦੀ ਸਮਝ ਨਹੀਂ ਆ ਰਹੀ ਹੈ ਔਰ ਨਾ ਹੀ ਆਏਗੀ, ਨਾ ਹੀ ਆ ਸਕਦੀ ਹੈ। ਇਸ ਕਰਕੇ ਸਾਨੂੰ ਇਹ ਵਿਚਾਰ ਕਰਨਾ ਬੜਾ ਜ਼ਰੂਰੀ ਹੈਗਾ ਕਿ ਜੋ ਗੁਰਬਾਣੀ ਦੀ ਜੋ ਗੁਰਮੁਖੀ ਲਿਪੀ ਦੀ ਜੋ ਗ੍ਰਾਮਰ ਦਾ ਪੈਟਰਨ ਹੈਗਾ ਉਹ ਜੋ ਸੰਸਕ੍ਰਿਤ ਅਧਾਰਿਤ ਹੈ ਉਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਨੰਬਰ ਤੀਸਰਾ ਅਸੀਂ ਹੋਰ ਦੇਖਦੇ ਹਾਂ ਕਿ ਇਸਦੀ ਵਜ੍ਹਾ ਕਰਕੇ ਸਾਨੂੰ ਜਿਹੜਾ ਇਹ ਗੁਰਬਾਣੀ ਦਾ ਬੜਾ ਇੰਪੋਰਟੈਂਟ ਵਰਡ ਹੈਗਾ ਸਬਦੂ, ਸ, ਬ, ਦ, ਥੱਲੇ ਔਖੜ ਸਬਦੂ, ਅਸੀਂ ਇਸ ਸਬਦੂ ਨੂੰ ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿਪੀ ਦੇ ਅਨੁਸਾਰ ਸ਼ਬਦ ਦੇ ਰੂਪ ਜਾਣਦੇ ਹਾਂ ਅਸੀਂ। ਜਦਕਿ ਪੂਰੀ ਗੁਰਬਾਣੀ ਦੇ ਅੰਦਰ ਸਾਨੂੰ ਸ਼ ਐਲਫਾਬੈਟ ਦਾ ਪ੍ਰਯੋਗ ਸਾਨੂੰ ਕਿਧਰੇ ਵੀ ਨਹੀਂ ਮਿਲਦਾ। ਇਸ ਕਰਕੇ ਇਹ ਵੀ ਜਾਣਨਾ ਬੜਾ ਜ਼ਰੂਰੀ ਹੈਗਾ ਕਿ ਸਬਦੂ ਔਰ ਸ਼ਬਦ ਕਿ ਇਹ ਦੋਨੋਂ ਇੱਕ ਨੇ, ਦੇਖਿਆ ਜਾਏ ਤਾਂ ਦੋਨੋਂ ਇੱਕ ਨਹੀਂ ਲੱਗਦੇ ਕਿਉਂਕਿ ਦੋਨਾਂ ਦਾ ਜੋ ਰੈਫਰੈਂਸ ਹੈਗਾ ਉਹ ਬਿਲਕੁਲ ਅਲੱਗ ਹੈਗਾ। ਔਰ ਇਹ ਜੋ ਸਬਦੂ ਵਰਡ ਹੈਗਾ ਇਹ ਗੁਰਬਾਣੀ ਦਾ ਬੜਾ ਇੰਪੋਰਟੈਂਟ ਵਰਡ ਹੈ, ਜੇ ਇਹ ਉਹ ਹੈਗਾ ਪੂਰੀ ਗੁਰਬਾਣੀ ਦਾ ਪੀਵਟ, ਪੂਰੀ ਗੁਰਬਾਣੀ ਇਸ ਸਬਦੂ ਦੇ ਆਸ ਪਾਸ ਹੀ ਘੁੰਮਦੀ ਪਈ ਹੈ। ਜਦ ਤੱਕ ਅਸੀਂ ਸਬਦੂ ਨੂੰ ਨਹੀਂ ਸਮਝਾਂਗੇ ਸਾਨੂੰ ਗੁਰਬਾਣੀ ਦੀ ਸਹੀ ਸਮਝ ਨਹੀਂ ਹੋ ਸਕਦੀ। ਸਬਦੂ ਹੈਗਾ ਜਿਹਨੂੰ ਅਸੀਂ ਪਹਿਚਾਣਨਾ ਹੈਗਾ, ਗੁਰਬਾਣੀ ਕਹਿੰਦੀ ਹੈ ਸਬਦੂ ਨੂੰ ਪਹਿਚਾਣੋ, ਇੱਕ ਸਬਦੂ ਤੂੰ ਚੀਨਸ ਨਾਹੀਂ ਫਿਰ ਵੀ ਜੋ ਨਹੀਂ ਆਵੇਗਾ, ਇਹ ਗੁਰਬਾਣੀ ਦਾ ਫਰਮਾਨ ਹੈ।
ਤੇ ਇਸ ਕਰਕੇ ਇੱਥੇ ਮੈਸੇਜ ਦਿੱਤਾ ਜਾਂਦਾ ਹੈ ਕਿ ਤੂੰ ਇਸ ਸ਼ਬਦ ਨੂੰ ਪਹਿਚਾਣਨਾ ਹੈ। ਇਸ ਕਰਕੇ ਜਿਸ ਵੇਲੇ ਅਸੀਂ ਸ਼ਬਦ ਨੂੰ ਪਹਿਚਾਣ ਲਾਂਗੇ, ਸਾਡੀ ਗੁਰਬਾਣੀ ਦੀ ਸਮਝ ਆਪਣੇ ਆਪ ਸਹੀ ਹੋ ਜਾਏਗੀ ਔਰ ਆਸਾਨ ਹੋ ਜਾਏਗੀ, ਔਰ ਅਸੀਂ ਆਪਣੇ ਆਪ ਸਹੀ ਮੈਸੇਜ ਸਾਰੇ ਗੁਰਬਾਣੀ ਦੇ ਸਮਝ ਸਕਦੇ ਹਾਂ। ਸਾਨੂੰ ਕੋਈ ਬਹੁਤ ਜ਼ਿਆਦਾ ਗੁਰਬਾਣੀ ਦੀ ਗ੍ਰੈਮਰ ਜਾਂ ਇਹ ਪੜ੍ਹਨ ਦੀ ਕੋਈ ਲੋੜ ਨਹੀਂ ਪਏਗੀ। ਅਗਰ ਅਸੀਂ ਸ਼ਬਦ ਨੂੰ ਹੀ ਸਮਝ ਲਾਂਗੇ ਤੇ ਆਪਣੇ ਆਪ ਗੁਰਬਾਣੀ ਜੋ ਹੈ ਕਲੀਅਰ ਹੁੰਦੀ ਚਲੀ ਜਾਏਗੀ, ਕਿਉਂਕਿ ਇਹ ਉਹਦਾ ਗੁਰਬਾਣੀ ਦਾ ਆਧਾਰ ਹੈਗਾ ਪੂਰਾ। ਇਸ ਵੀਡੀਓ ਬਣਾਉਣ ਦਾ ਉਦੇਸ਼ ਸਾਡਾ ਇਹ ਹੈਗਾ ਕਿ ਇਸ ਸ਼ਬਦ ਦੇ ਬਾਰੇ ਵਿਚਾਰ ਕੀਤੀ ਜਾਏ। ਸਾਨੂੰ ਉਮੀਦ ਹੈ ਕਿ ਸਾਡੇ ਜਿਹੜੇ ਵੀਰ ਨੇ, ਭਰਾ ਨੇ, ਜਿਹੜੇ ਗੁਰਬਾਣੀ ਪੜ੍ਹਦੇ ਨੇ, ਜਿਹੜੇ ਗੁਰਬਾਣੀ ਸਮਝਦੇ ਨੇ ਜਾਂ ਸਮਝਣਾ ਚਾਹੁੰਦੇ ਨੇ, ਉਹ ਇਸ ਬਾਰੇ ਜ਼ਰੂਰ ਵਿਚਾਰ ਕਰਨਗੇ ਕਿ ਸਾਨੂੰ ਸ਼ਬਦ ਨੂੰ ਕਿਸ ਪ੍ਰਕਾਰ ਸਮਝਿਆ ਜਾਏ ਔਰ ਇਸ ਨੂੰ ਸਮਝ ਲਈਏ ਤੇ ਸਾਡੀ ਗੁਰਬਾਣੀ ਦੀ ਸਮਝ ਹੋਰ ਸਹੀ ਔਰ ਗੁਰਮਤੀ ਵਾਲੀ ਸਮਝ ਬਣ ਜਾਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।